ਪੰਜਾਬ ਪੁਲਿਸ ਸੂਬੇ ਦੇ ਨੌਜਵਾਨਾਂ ਲੋਕਾਂ ਨੂੰ ਬਚਾਉਣ ਲਈ ਨਸ਼ੇ ਤੋਂ ਵੱਡੀ ਵੱਡੀ ਮੁਹਿੰਮਾਂ ਚਲਾ ਰਹੀ ਹੈ, ਰੋਜ਼ਾਨਾ ਪ੍ਰਚਾਰ ਕਰ ਰਹੀ ਹੈ ਤੇ ਨਸ਼ੇ ਦੇ ਸੌਦਾਗਰਾਂ ਨੂੰ ਗ੍ਰਿਫਤਾਰ ਵੀ ਕਰ ਰਹੀ ਹੈ। ਤਾਜ਼ਾ ਮਾਮਲਾ ਹੈ ਅੰਮ੍ਰਿਤਸਰ ਦੇ ਪਿੰਡ ਕੀਆਪੁਰ ਤੋਂ, ਜਿੱਥੇ ਕਿ 24 ਸਾਲ ਦਾ ਨੌਜਵਾਨ ਜੋ ਕਿ ਪੰਜਾਬ ਪੁਲਿਸ ਵਿੱਚ ਮੁਲਾਜ਼ਮ ਹੈ, ਖੇਤਾਂ ਵਿੱਚ ਉਹਦੀ ਲਾਸ਼ ਮਿਲੀ। ਕੀ ਹੈ ਸਾਰਾ ਮਾਮਲਾ ਤੁਹਾਨੂੰ ਦਿਖਾਉਂਦੇ ਹਾਂ, ਕੀ ਕਹਿੰਦੇ ਪੁਲਿਸ ਮੁਲਾਜ਼ਮ, ਕੀ ਕਹਿ ਰਹੇ ਨੇ ਲੋਕ। ਗੁਰਸੇਵਕ ਜੋ ਕਿ ਲੁਧਿਆਣਾ ਪੁਲਿਸ ਦੇ ਵਿੱਚ ਲੱਗਿਆ ਹੈ, ਉਹਦੀ ਡੈਥ ਹੋਈ ਆ। ਉਹਦੇ ਸੰਬੰਧ ਵਿੱਚ ਮੈਂ SHO ਅਜਨਾਲਾ ਆ ਗਏ ਹਾਂ ਅਤੇ ਅਸੀਂ ਇਨਕੁਆਇਰੀ ਕਰ ਰਹੇ ਹਾਂ, ਪੜਤਾਲ ਕਰਕੇ ਫਿਰ ਤੁਹਾਨੂੰ ਦੱਸ ਦਿੰਦੇ ਹਾਂ। ਕਹਿੰਦੇ ਨਸ਼ਾ ਦਾ ਟੀਕਾ ਲਗਾਇਆ ਹੈ ਕੋਈ? ਉਹਨੇ ਪਤਾ ਕਰਾਉਂਦੇ ਹਾਂ ਜੀ, ਹਜੇ ਪੋਸਟਮਾਰਟਮ ਕਰਾਵਾਂਗੇ ਅਤੇ ਸਾਰੀ ਗੱਲ ਕਲੀਅਰ ਹੋ ਜਾਵੇਗੀ। ਜਗਵਾਨ ਟੀਵੀ ਲਈ।